ਲੈ ਬਈ ਟੈਡੀ ਰੋਜ਼ ਰੋਜ਼ ਮੈਡਮ ਕੋਲ ਬੇਸ ਬਰਦਾਸ਼ਤ ਨਹੀਂ ਹੁੰਦੀ। ਪਹਿਲਾ ਸਵਾਲ ਆ ਬਾਦਸ਼ਾਹ ਅਕਬਰ ਦੀਆਂ ਕਿੰਨੀਆਂ ਮੱਝਾਂ ਸੀ, ਦੂਜਾ ਸਵਾਲ ਆ ਉਹਦੇ ਦਰਬਾਰ 'ਚ ਘੁੰਮਣ ਵਾਲੀ ਕੁਰਸੀ ਹੈ ਸੀ, ਤੀਜਾ ਸਵਾਲ ਆ ਬਾਦਸ਼ਾਹ ਕੋਲ ਕਿਹੜਾ ਮੋਬਾਈਲ ਹੁੰਦਾ ਸੀ, ਚੌਥਾ ਸਵਾਲ ਆ ਬਾਦਸ਼ਾਹ ਆਪ ਮੰਗਦਾ ਸੀ ਕਿ ਲੋਕੀ ਘਰ ਆ ਕੇ ਦੇ ਜਾਂਦੇ ਸੀ। ਸਵਾਲ ਤੇ ਯਾਦ ਹੋ ਗਿਆ, ਜਵਾਬ ਰਹਿਣ ਦੇਨੇ ਆ। ਨਹੀਂ ਉਰੇ ਆ, ਆ ਪੜ੍ਹਾਈ ਹੁੰਦੀ ਵੇਖ ਜ਼ਰਾ। ਵਾਹ ਬਈ ਵਾਹ, ਮੇਰੇ ਪੁੱਤ ਨੇ ਤੇ ਕਿਤਾਬਾਂ ਨਾਲ ਮੱਥਾ ਲਾਇਆ ਵਾ। ਚੱਲ ਚੌਕੇ ਨੂੰ ਮੰਜੀ ਤੇ ਪਾ। ਮੈਂ ਤਾਂ ਕਹਿੰਦੇ ਨੂੰ ਕੰਮ ਤੇ ਪਾ ਦਈਏ। ਵੀ ਉੱਠ ਪੈ ਟੈਡੀ, ਕਿ ਹੁਣ ਕਿਆਮਤ ਵਾਲੇ ਦਿਨ ਉੱਠਣਾ ਈ। ਓਏ ਟੈਡੀ, ਅੱਜ ਤੇਰੀ ਅੱਖ ਛੇਤੀ ਨਹੀਂ ਖੁੱਲ ਗਈ? ਆਹੋ ਛੇਤੀ ਖੁੱਲ ਗਈ ਆ, ਅੱਜ ਤੇਰੀ ਨਾਨੀ ਦੇ ਦਿਨ ਰੱਖੇ ਜਾਣੇ ਸੀ ਨਾ, ਇਸ ਵਾਸਤੇ। ਓਏ ਸਵੇਰੇ ਸਵੇਰੇ ਮੇਰੇ ਕੋਲੋਂ ਦਾੜਾ ਨਾ ਬਣਾ ਲਈ, ਚੱਲ ਪਿੱਛੇ ਦਬਾ ਹੋ ਜਾ। ਇੱਕ ਤੇ ਇਸ ਚਵਲ ਨੇ ਮੈਨੂੰ ਗੱਲਾਂ ਹੀ ਲਾ ਲਿਆ, ਚੰਗੇ ਭਲੇ ਮੈਂ ਸਾਰੇ ਸਵਾਲਾਂ ਦੇ ਜਵਾਬ ਯਾਦ ਕਰ ਲਏ ਸੀ, ਇਸ ਹੈੱਡਫੋਨ ਦੇ ਮੂੰਹ ਵਾਲੇ ਨੇ ਮੈਨੂੰ ਭੁਲਾਤੇ ਆ। ਲੈ ਆ ਗਿਆ ਨੈਸ਼, ਇਹ ਬਾਅਦ ਚ ਆਂਦਾ, ਇਹਦੀ ਬੋ ਪਹਿਲੇ ਆ ਜਾਂਦੀ ਹੈ। ਅੱਜ ਫੇਰ ਇਹਨੇ ਪੁੱਠੇ ਸਵਾਲ ਕਰਕੇ ਸਾਡੇ ਕੰਨ ਖਾ ਲੈਣੇ ਆ। ਕੋਈ ਨਹੀਂ, ਅੱਜ ਮੈਂ ਦੇਖੀ ਇਹਦੇ ਨਾਲ ਕਰਦੀ ਕੀ ਆ। ਹੋਰ ਸੁਣਾਓ ਕੀ ਹਾਲ ਆ ਤੁਹਾਡਾ? ਅੱਗੇ ਤੇ ਚੰਗਾ ਹੀ ਸੀ। ਕੀ ਹਾਂਜੀ, ਅੱਜ ਮੈਂ ਤੁਹਾਡਾ ਇਮਤਿਹਾਨ ਲਵਾਂਗਾ, ਤੁਸੀਂ ਕਿੰਨੀਆਂ ਜ਼ਹੀਨ ਜੇ। ਇਹ ਦੱਸੋ ਬਾਦਸ਼ਾਹ ਅਕਬਰ ਕਿੱਥੇ ਪੈਦਾ ਹੋਇਆ ਸੀ? ਹੈਦਰਾਬਾਦ ਚ। ਤੇ ਉਹ ਭਲਾ ਮਰਿਆ ਕਿੰਜ ਸੀ? ਭੁੱਖ ਨਾਲ। ਉਹਨੇ ਆਪਣਾ ਤਖਤ ਕਿੱਥੋਂ ਬਣਵਾਇਆ ਸੀ? ਚਿਨੀ ਔਰਤੋਂ। ਹੁਣ ਤੇ ਮੈਂ ਫੇਲ ਹੋ ਹੀ ਨਹੀਂ ਸਕਦਾ। ਡੈਡੀ ਤੂੰ ਪੜ੍ਹਾਈ ਚ ਜਿੰਨੀ ਮਿਹਨਤ ਕਰ ਰਿਹਾ ਨਾ, ਮੈਨੂੰ ਲੱਗਦਾ ਹੋਰ 2 ਸਾਲ ਤੱਕ ਤੂੰ ਡਾਕਟਰ ਬਣ ਜਾਣਾ। ਬੇਵਕੂਫਾ, ਤੈਨੂੰ ਅੰਦਾਜ਼ਾ ਨਹੀਂ, ਕੁੜੀਆਂ ਨੇ ਤੇਰਾ ਡਰਾਮਾ ਲਾਇਆ। ਕੀ ਕਿਹਾ ਉਹਨਾਂ ਨੇ? ਓਏ ਉਹਨਾਂ ਨੇ ਤੇਰੇ ਸਾਰੇ ਸਵਾਲਾਂ ਦੇ ਪੁੱਠੇ ਜਵਾਬ ਦਿੱਤੇ ਨੇ। ਉਹਨਾਂ ਦੇ ਮਸ਼ਵਰਿਆਂ ਚ ਰਿਹਾ ਨਾ, ਤੈਨੂੰ ਲੈਕਾਂ ਚੋਂ 50 ਆਏਗਾ। ਚੱਲ ਦਫਾ ਹੋ, ਆਪਣੇ ਮਸ਼ਵਰੇ ਕੋਲ ਰੱਖ। ਸਾਨੂੰ ਕੀ? ਚਲੋ ਵੀ ਕੁੜੀਓ ਮੁੰਡਿਓ, ਆਪਣੇ ਆਪਣੇ ਪੇਪਰ ਲੈ ਲਓ, ਇਹਦੇ ਜਹਾਜ਼ ਨਹੀਂ ਜੇ ਬਣਾਉਣੇ। ਓਏ ਟੈਡੀ, ਟੈਸਟ ਤੋਂ ਬਚਣ ਦਾ ਕੋਈ ਤਰੀਕਾ ਸੋਚ। ਆ ਆ ਇਹਨੂੰ ਜੁੱਤੀ ਸੰਗਾਓ, ਹੁਣ ਤੈਨੂੰ ਕੀ ਦੌਰਾ ਪੈ ਗਿਆ ਟੈਡੀਆ। ਓ ਜ਼ਰਾ ਚੱਕਰ ਆ ਗਿਆ ਸੀ। ਕੀ ਗੱਲ ਆ ਟੈਡੀ ਪੁੱਤ? ਮੇਰੇ ਢਿੱਡ ਚ ਕਉ ਕਉ ਹੋ ਜਾਂਦੀ ਏ। ਠਹਿਰ ਜਾ, ਹੁਣੀ ਦੱਸਦੀ। ਤੇਰਾ ਦਿਲ ਕਿਤੇ ਤੁਰਨ ਫਿਰਨ ਨੂੰ ਕਰਦਾ? ਉੱਡਣ ਨੂੰ ਕਰਦਾ। ਤੇਰੀ ਦੂਰ ਦੀ ਨਜ਼ਰ ਠੀਕ ਆ? ਤੂੰ ਦੂਰ ਦਾ ਕਹਿੰਦੀ, ਮੈਂ ਤੇ ਆਪਣੀ ਹੱਥ ਨਹੀਂ ਨਜ਼ਰ ਆ ਰਿਹਾ। ਹੁਣ ਕੀ ਚਾਹੀਦਾ? ਇੱਕ ਪਲੇਟ ਹੋਰ ਮਿਲ ਜਾਏ ਤੇ ਕਿਆ ਬਾਤ ਹੈ, ਬਸ ਅੱਬੇ ਨੂੰ ਨਾ ਦੱਸੀ। ਪੁੱਤ ਯਾਦ ਆਇਆ, ਸੂਪ ਤੇ ਡੁੱਲ ਗਿਆ ਸੀ, ਉਹ ਤੇਰੇ ਅੱਬੇ ਨੇ ਤੇ ਬਿੱਲੀ ਨੇ ਚੱਟ ਲਿਆ। ਹੋਰ ਦੱਸ ਪੁੱਤ, ਤੇਰੇ ਲਈ ਕੀ ਕਰਾਂ? ਫੇਰ ਮੈਂ ਟੀਵੀ ਵੇਖਣਾ। ਤੇ ਹੁਣੀ ਆ ਜਾਂਦਾ ਵੇ ਜੇਦੇ। ਕੀ ਆ ਵੇ? ਟੀਵੀ ਉੱਤੇ ਲਿਆ, ਡੈਡੀ ਦੀਆਂ ਅੱਖਾਂ ਠੀਕ ਹੋ ਗਈਆਂ ਨੇ। ਕੀ ਕਿਹਾ? ਕਿਸੇ ਨੇ ਚਬਲੀ ਮਾਰੀ ਔਲਾਦ, ਮਿੱਠਾ ਮੇਵਾ ਹੁੰਦੀ। ਵੀਰਾ ਕਾਰਟੂਨ ਹੀ ਦਿਖਾ ਦੇ। ਜਾ ਫੇਰ ਜਾ ਕੇ ਸ਼ੀਸ਼ੇ 'ਚ ਮੂੰਹ ਵੇਖ। ਆਪਣਾ ਮੂੰਹ ਦੇਖ, ਜੇ ਤਾਂ 6 ਬਲੇਟਾਂ ਲਈ ਸੇਫਟੀ ਹੁੰਦੀ ਆ। ਤੂੰ ਵੀ ਮੂੰਹ ਵੇਖ, ਜਿਵੇਂ ਨਿੱਕੀ ਭੈਣ ਦੀ ਚੂਸਣੀ ਹੁੰਦੀ ਹੈ। ਸਿਕੰਦਰ ਸੁਣਾ, ਅੱਜ ਪੇਪਰ ਕੈਸਾ ਹੋਇਆ? ਓਏ ਬੜਾ ਆਸਾਨ ਸੀ, ਅੱਜ ਤੇ ਮੈਨੂੰ ਬੂਟੀ ਲਾਉਣ ਦੀ ਵੀ ਲੋੜ ਨਹੀਂ ਪਈ। ਓਏ ਸਹੀ ਕਹਿ ਰਿਹਾ। ਚੱਲ ਦੱਸ ਫਿਰ ਪਰਚੇ 'ਚ ਕਿਹੜੇ ਕਿਹੜੇ ਸਵਾਲ ਸੀ? ਅੱਛਾ ਪਹਿਲਾ ਇਹ ਸਵਾਲ ਸੀ, ਤੇ ਦੂਜਾ ਇਹ ਸਵਾਲ ਤੇ ਬਹੁਤ ਹੀ ਆਸਾਨ ਆ। ਲੈ ਮੈਡਮ ਪੇਪਰ ਹੱਲ ਕਰਤਾ, ਜੇ ਕੋਈ ਘਰ ਦਾ ਮਸਲਾ ਹੀ ਤੇ ਉਹ ਵੀ ਦੱਸ ਹੱਲ ਕਰਦੇ ਆ। ਸਭ ਗਲਤ, ਇੱਕ ਵੀ ਨਹੀਂ ਸਹੀ। ਡੈਡੀ ਜੇ ਨੂੰ ਪੁੱਛ ਕੇ ਤੂੰ ਪੇਪਰ ਕੀਤਾ ਹੀ ਨਾ, ਉਹਦਾ ਵੀ ਅੰਡਾ ਹੀ ਆਇਆ ਹੀ। ਜਾ ਹੁਣ ਇਹਦੀਆਂ ਫੋਟੋ ਸਟੇਟਾਂ ਕਰਾ ਕੇ ਪੂਰੇ ਮਹੱਲੇ 'ਚ ਵੰਡ। ਮਾਫ ਕਰਨਾ ਹਨੀਫ ਸਾਹਿਬ, ਇਹ ਸਾਡੇ ਇਲਾਕੇ ਦੇ ਸਭ ਤੋਂ ਮਸ਼ਹੂਰ ਡੰਗਰ ਡਾਕਟਰ ਡਾਕਟਰ UPS ਨੇ। ਇਹਦਾ ਕੀ ਕੰਮ ਆ ਇੱਥੇ? ਸੁਣਿਆ ਬੱਚਿਆਂ ਦੇ ਬੂਟ ਪਾਟ ਗਏ ਸੀ, ਮੈਂ ਉਹ ਮੁਰੰਮਤ ਕਰਨ ਆਇਆ। ਡਾਕਟਰ ਸਾਹਿਬ ਗੁੱਸਾ ਨਾ ਕਰੋ, ਇਹ ਦੱਸੋ ਇਹ ਬੱਚਾ ਜ਼ਹੀਨ ਕਿਵੇਂ ਹੋ ਸਕਦਾ? ਮਾਂ ਦੀ ਟਿੰਡ ਕਰਦੇ ਹੋ, ਪਿਓ ਦੀ ਗੁੱਤ ਕਰਦੇ ਹੋ, ਬੱਚਾ ਆਪੇ ਹੀ ਜ਼ਹੀਨ ਹੋ ਜਾਣਾ। ਬੰਦਾ ਬਣ, ਫੇਰ ਮਸਲਾ ਦੱਸੋ ਕੀ ਆ, ਹੁਣੇ ਠੀਕ ਕਰ ਦਿੰਨੇ ਆ।